ਖੜੇ ਹਾਂ ਸਵਾਲੀ ਹੱਥ ਜੋੜ ਕੇ, ਖੜੇ ਹਾਂ ਸਵਾਲੀ ਹੱਥ ਜੋੜ ਕੇ, ਦਾਤਾ ਤੇਰੇ ਚਰਨਾਂ ਚ ਆਣ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ। ਜਨਮ ਮਨੁੱਖਾ ਦਿੱਤਾ ਦਾਤਿਆ, ਕਰੀਏ ਕਿਵੇਂ ਧੰਨਵਾਦ ਜੀ, ਆਪਣੇ ਤੋਂ ਦੂਰ ਸਾਨੂੰ ਕਰੀਨਾ, ਹਰ ਵੇਲੇ ਹੋ ਫਰਿਆਦ ਜੀ, ਬੇਨਤੀ ਕਬੂਲੋ ਸੱਚੇ ਪਾਤਸ਼ਾਹ, ਬੇਨਤੀ ਕਬੂਲੋ ਸੱਚੇ ਪਾਤਸ਼ਾਹ, ਦਿਲਾਂ ਦੀਆਂ ਜਾਣੇ ਜਾਣੀ ਜਾਣ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ। ਮਾਇਆ ਦੇ ਭੁਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ, ਮਨ ਸਦਾ ਪਾਪਾਂ ਵੱਲ ਦੌੜਦਾ, ਕੱਸ ਦਿਓ ਇਸ ਦੀ ਲਗਾਮ ਨੂੰ, ਮਨ ਨੀ ਮੈਂ ਉੱਚੀ ਮਤ ਬਖਸ਼ੋ, ਮਨ ਨੀ ਮੈਂ ਉੱਚੀ ਮਤ ਬਖਸ਼ੋ, ਦੇਵੋ ਸ਼ੁਭ ਗੁਣਾਂ ਦਾ ਗਿਆਨ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ, ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ। ਵੈਰੀ ਤੇ ਬਗਾਨਾ ਕੋਈ ਦਿਸੇ ਨਾ ਜੀ, ਦੋਵੇਂ ਵੇਲੇ ਹੋ ਹੱਥ ਜੋੜੀਏ, ਤੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬੱਤ ਵਾਲਾ ਲੋੜੀਏ, ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਤੇਰਾ ਹੀ ਭਰੋਸਾ ਤੇਰਾ ਤਾਣ, ਬੰਦਗੀ ਦੀ ਦਾਤ ਛੋੜੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ, ਬੰਦਗੀ ਦੀ ਦਾਤ ਛੋੜੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ। ਖਾਲਸਾ ਵਾਹਿਗੁਰੂ ਜੀ ਫਤਿਹ। ਦਾਤੇ ਵਿਚਾਰ ਇਹ ਹੈ, ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਤਰਨ ਗਗਨ ਨਵ ਖੰਡ ਮੈਂ ਜੋ ਸਿਵ ਰੂਪੀ ਰਹੋ ਭਰ, ਤਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਜਿਨ੍ਹਾਂ ਸਤਿਗੁਰਾਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆ ਤੱਤੀ ਤਵੀ 'ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉਬਲਦੇ ਪਾਣੀ ਵਿੱਚ ਉਬਾਲੇ ਖਾ ਕੇ, ਤੇਰਾ ਕੀਆ ਮਿੱਠਾ ਲਾਗੈ ਪਰ ਨਾਮ ਪਦਾਰਥ ਨਾਨਕ ਮੰਗੈ, ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ ਕਿ ਬਾਣੀ ਸਦੀਵ ਕਾਲ ਵਾਸਤੇ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਬਾਣੀ ਸਦੀਵ ਕਾਲ ਵਾਸਤੇ ਸੱਚ ਹੈ। ਸੋ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਸਮੂਹ ਜਥੇਬੰਦੀ ਵੱਲੋਂ ਜਿੱਥੇ ਅੱਜ ਸੰਗਰਾਂਦ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਵਾਸਤੇ ਸਮੂਹ ਜਥੇਬੰਦੀ ਵੱਲੋਂ
ਸੰਗਤਾਂ ਦੇ ਸਹਿਯੋਗ ਸਦਕਾ ਸਵੇਰੇ ਅੰਮ੍ਰਿਤ ਵੇਲੇ ਪਾਠ ਦੇ ਭੋਗ ਉਪਰੰਤ ਕਥਾ ਵਿਚਾਰ, ਕਥਾ ਵਿਚਾਰ ਤੋਂ ਬਾਅਦ ਅੰਮ੍ਰਿਤ ਦਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਕਵੀਸ਼ਰੀ ਵਾਰਾਂ ਚੱਲ ਰਹੀਆਂ ਹਨ, ਉੱਧਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਚੱਲ ਰਹੀਆਂ ਹਨ, ਛੋਲੇ ਪੂੜੀਆਂ ਦੇ ਲੰਗਰ ਚੱਲ ਰਹੇ ਹਨ। ਸੋ ਸਾਰੀਆਂ ਸੰਗਤਾਂ ਦਾ ਅਰਦਾਸ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਧੰਨਵਾਦ ਕਰਦਾ ਹਾਂ। ਸਾਰੀਆਂ ਸੰਗਤਾਂ ਨੂੰ ਜਿਉਂ ਆਖਦਾ ਹਾਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀਵਨ ਤੋਂ ਸਾਨੂੰ ਕੁਛ ਸਿੱਖਣ ਦੀ ਲੋੜ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਤਾ ਗੁਰਦੇਵ ਦਾ ਕਹਿਣਾ ਬਚਨ ਮੰਨ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ, ਗੁਰਬਾਣੀ ਦਾ ਸਤਿਕਾਰ ਕੀਤਾ ਅਤੇ ਸਿੱਖੀ ਸਤਿਗੁਰੂ ਨਿਭਾਉਂਦਿਆਂ ਹੋਇਆਂ ਮੌਤ ਤੋਂ ਨਹੀਂ ਡਰੇ ਅਤੇ ਤੱਤੀ ਤਵੀ 'ਤੇ ਬੈਠ ਕੇ ਭਾਣਾ ਮਿੱਠਾ ਕਰਕੇ ਮੰਨ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਪਹਿਲਾਂ ਮਨ ਕਬੂਲ ਜੀਵਨ ਕੀ ਛੱਡਿਆ ਸੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜੋ ਸਤਿਗੁਰ ਸੱਚੇ ਪਾਤਸ਼ਾਹ ਅਦੁੱਤੀ ਕੁਰਬਾਨੀ ਨੂੰ ਦਾਸ ਕੋਟ ਅਨਕੋਟ ਪ੍ਰਣਾਮ ਕਰਦਾ ਹਾਂ ਅਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਸਾਹਿਬ ਜੀ ਦੇ ਜੋ ਸਿੱਖਿਆਵਾਂ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਜੋ ਸਿੱਖਿਆਵਾਂ ਹਨ, ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਪੰਜਾਬ ਵਿੱਚ ਪਾਣੀ ਦੀ ਘਾਟ ਬੜੀ ਮਹਿਸੂਸ ਹੋ ਰਹੀ ਹੈ, ਦਿਨੋਂ ਦਿਨ ਪਾਣੀ ਜਿਹੜਾ ਧਰਤੀ ਦੇ ਹੇਠਾਂ ਜਾ ਰਿਹਾ ਹੈ, ਇਸ ਕਰਕੇ ਪਾਣੀ ਨੂੰ ਵੀ ਬਚਾਉਣਾ ਹੈ, ਪਾਣੀ ਨੂੰ ਵਿਅਰਥਾ ਨਹੀਂ ਗਵਾਉਣਾ, ਚਾਹੇ ਉਹ ਇਸ਼ਨਾਨ ਕਰਨ ਵੇਲੇ ਚਾਹੇ ਉਹ ਛਕਣ ਵੇਲੇ, ਉਹ ਜਲ ਦੀ ਕੀਮਤ ਸਾਨੂੰ ਪਤਾ ਹੋਣੀ ਚਾਹੀਦੀ ਹੈ। ਜਿਹਨਾਂ ਸੂਬਿਆਂ ਵਿੱਚ ਜਲ ਨਹੀਂ ਹੈ, ਜਿਸ ਤਰ੍ਹਾਂ ਦੁਬਈ ਦੇ ਵਿੱਚ ਬੜੇ ਦਰੱਖਤ ਘੱਟ ਸੀ ਅਤੇ ਉੱਥੇ ਦਾ ਜਿਹੜਾ ਟੈਂਪਰੇਚਰ ਬੜਾ ਹਾਈ ਸੀ, ਪਰ ਹੁਣ ਉਹਨਾਂ ਨੇ ਦਰੱਖਤ ਲਾ ਕਰਕੇ ਆਪਣਾ ਟੈਂਪਰੇਚਰ ਕੰਟਰੋਲ ਵਿੱਚ ਕੀਤਾ ਹੈ, ਕਿਉਂਕਿ ਕੁਦਰਤ ਜਿਹੜੀ ਹੈ, ਕੁਦਰਤ ਦੇ ਨਾਲ ਆਪਾਂ ਖਿਲਵਾੜ ਕਰਾਂਗੇ ਫਿਰ ਕੁਦਰਤ ਸਾਨੂੰ ਉਹਦਾ ਅਵਜਾਨਾ ਜ਼ਰੂਰ ਸਾਨੂੰ ਭੁਗਤਣਾ ਪਵੇਗਾ। ਇਸ ਕਰਕੇ ਆਪਾਂ ਵੱਧ ਤੋਂ ਵੱਧ ਦਰੱਖਤ ਲਾਈਏ, ਪਾਣੀ ਦੀ ਸੰਭਾਲ ਕਰੀਏ, ਹਵਾ ਵਿੱਚ ਪੋਲਿਊਸ਼ਨ ਨਾ ਫੈਲਾਈਏ। ਸੋ ਜਿੱਥੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਦੇਸ਼ ਬਖਸ਼ੀ ਕੀਤਾ ਹੈ, ਉੱਥੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਤਮਾ ਦਾ ਪਰਮਾਤਮਾ ਨਾਲ ਮਿਲਣ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸਾਨੂੰ ਬਾਣੀ ਹਿਰਦੇ ਵਿੱਚ ਵਸਾ ਕੇ ਸਮਾਜ ਦੇ ਭਲੇ ਵਾਸਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਉਪਦੇਸ਼ਾਂ 'ਤੇ ਚੱਲਣ ਦੀ ਲੋੜ ਹੈ। ਸੋ ਦਾਸ ਵੱਲੋਂ ਦੁਆਬਾ ਐਕਸਟਰਾ ਨਿਊਜ਼ ਚੈਨਲ ਦਾ ਅਤੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਭਾਈ ਹਰਵਿੰਦਰ ਸਿੰਘ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਟੀ ਵੀ ਚੈਨਲਾਂ ਦੁਆਰਾ ਇਹ ਗੁਰੂ ਸਾਹਿਬ ਜੀ ਦਾ ਉਪਦੇਸ਼ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਸੋ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਹੋਇਆ ਅਰਦਾਸ ਕਿਵਾਂ ਦਾ ਚਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।